ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਕਥਾ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 30ਵੇਂ ਵਿੱਚ ਅੱਜ ਆਪਾਂ ਸ਼੍ਰੀ ਹਰਗੋਬਿੰਦ ਜੀ ਨੂੰ ਤਾਪ ਚੜ੍ਹਨ ਦਾ ਪ੍ਰਸੰਗ ਸਰਵਣ ਕਰਾਂਗੇ ਜੀ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸ਼੍ਰੀ ਗੁਰੂ ਹਰਗੋਬਿੰਦ ਜੀ ਲੜਕਿਆਂ ਨਾਲ ਖੇਡਦੇ ਹਨ ਅਤੇ ਮਾਤਾ ਗੰਗਾ ਜੀ ਦੇ ਵੇਖਦਿਆਂ ਵਿਹੜੇ ਵਿੱਚ ਵਿਚਰਦੇ ਅਤੇ ਦੌੜਦੇ ਹਨ। ਸਰੀਰ ਉੱਤੇ ਦੁੱਖ ਦੂਰ ਕਰਨ ਵਾਲੇ ਸੁੰਦਰ ਗਹਿਣੇ ਪਹਿਣੇ ਹੋਏ ਹਨ ਜਿਨ੍ਹਾਂ ਨੂੰ ਵੇਖ ਕੇ ਪਾਪਾਂ ਦਾ ਨਾਸ਼ ਹੁੰਦਾ ਹੈ, ਜਿਹੜੇ ਸਿੱਖਾਂ ਅਤੇ ਦਾਸਾਂ ਨੂੰ ਵੱਡਾ ਸੁੱਖ ਦਿੰਦੇ ਹਨ, ਜਿਹੜੇ ਸਿੱਖ ਗੁਰੂ ਜੀ ਨਾਲ ਅਗਿਆਨਤਾ ਦਾ ਨਾਸ਼ ਕਰਨ ਵਾਸਤੇ ਰਹਿੰਦੇ ਹਨ, ਭਲੇ ਦਰਸ਼ਨ ਕਰਦੇ ਹਨ ਅਤੇ ਚਰਨ ਕਮਲਾਂ ਨੂੰ ਪਰਸਦੇ ਹਨ, ਹਿਰਦੇ ਵਿੱਚ ਖੁਸ਼ ਹੁੰਦੇ ਹਨ ਅਤੇ ਪਰਮੇਸ਼ਰ ਦੇ ਰਾਹ 'ਤੇ ਲੱਗਦੇ ਹਨ, ਦਰਸ਼ਨ ਕਰਨ ਦਾ ਵੱਡਾ ਫਲ ਪਾਉਂਦੇ ਹਨ, ਵਿਕਾਰਾਂ ਨੂੰ ਛੱਡ ਕੇ ਸ਼ੋਭਦੇ ਹਨ। ਇਸ ਤਰ੍ਹਾਂ ਕਈ ਦਿਨ ਬੀਤ ਗਏ। ਗੁਰੂ ਜੀ ਦਾ ਸਰੀਰ ਵੱਡੇ ਡੀਲ ਡੋਲ ਵਾਲਾ ਹੋ ਗਿਆ। ਮਨੁੱਖਾ ਸਰੀਰ ਧਾਰਨ ਦਾ ਜਿੰਨਾ ਸਵਾਂਗ ਲਿਆ ਸੀ ਉਸ ਰੀਤੀ ਅਨੁਸਾਰ ਹੀ ਉਸਦਾ ਨਿਰਵਾਹ ਕਰ ਰਹੇ ਹਨ। ਇੱਕ ਦਿਨ ਸਰੀਰ ਨੂੰ ਬਹੁਤ ਤਾਪ ਚੜ੍ਹ ਗਿਆ, ਅੰਗ ਬਹੁਤ ਕੰਬ ਰਹੇ ਸਨ ਅਤੇ ਸਰੀਰ ਨੇ ਬੜਾ ਦੁੱਖ ਪਾਇਆ। ਵਾਰ ਵਾਰ ਜਲ ਪੀਂਦੇ ਸਨ, ਮੂੰਹ ਸੁੱਕਦਾ ਸੀ ਅਤੇ ਖੜ੍ਹੇ ਨਹੀਂ ਸੀ ਹੋਇਆ ਜਾਂਦਾ। ਮਾਤਾ ਗੰਗਾ ਜੀ ਨੇ ਜਦ ਆਪਣੇ ਸਪੁੱਤਰ ਨੂੰ ਇੰਨਾ ਵਿਆਕੁਲ ਹੋਇਆ ਵੇਖਿਆ ਤਾਂ ਉਹਨਾਂ ਨੇ ਜਗਤ ਦੇ ਬੰਧਨ ਕੱਟਣ ਵਾਲੇ ਭਾਵ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਖਬਰ ਭੇਜ ਦਿੱਤੀ। ਸਪੁੱਤਰ ਜੀ ਦੇ ਸਰੀਰ ਨੂੰ ਆਪਣਾ ਹੱਥ ਲਾਉਂਦੇ ਸਨ ਅਤੇ ਵੱਡੀ ਪੀੜ ਜਾਣ ਕੇ ਖਬਰ ਪੁੱਛਦੇ ਸਨ। ਇੰਨੀ ਦੇਰ ਵਿੱਚ ਗੁਰੂ ਜੀ ਆ ਗਏ, ਆਪਣੇ ਸਪੁੱਤਰ ਜੀ ਨੂੰ ਵੇਖ ਕੇ ਨੇੜੇ ਹੋ ਗਏ। ਜਦ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਬਹੁਤ ਵਿਆਕੁਲ ਹੋਏ ਵੇਖਿਆ, ਜਿਹੜੇ ਕਿ ਸਪੁੱਤਰ ਜੀ ਨੂੰ ਵੇਖ ਕੇ ਮਹਾਰਾਜ ਅੱਗੇ ਅਰਦਾਸ ਬੇਨਤੀਆਂ ਕਰ ਰਹੇ ਸਨ ਅਤੇ ਖਾਣਾ ਪੀਣਾ ਵੀ ਛੱਡ ਕੇ ਬੈਠੇ ਹੋਏ ਸਨ, ਚਿੱਤ ਵਿੱਚ ਐਸੀ ਚਿੰਤਾ ਕਰ ਰਹੇ ਹਨ ਮਾਨੋ ਉਹ ਚਿੰਤਾ ਦੀ ਮੂਰਤੀ ਬਣੇ ਹਨ, ਹੋਰ ਕਿਸੇ ਕੰਮ ਵਿੱਚ ਮਨ ਨਹੀਂ ਲੱਗਦਾ ਹੈ। ਇਸ ਤਰ੍ਹਾਂ ਮਾਤਾ ਗੰਗਾ ਜੀ ਦਾ ਦੁੱਖ ਵੇਖ ਕੇ ਗੁਰੂ ਜੀ ਕਿਰਪਾ ਕਰਕੇ ਪਾਸ ਬੈਠ ਗਏ। ਪੁੱਤਰ ਜੀ ਦੇ ਸਰੀਰ ਨੂੰ ਤਾਪ ਚੜਿਆ ਹੋਇਆ ਹੈ, ਸਮੂਹ ਸੇਵਕ ਵੇਖ ਕੇ ਦੁੱਖ ਪਾਉਂਦੇ ਹਨ, ਉਹਨਾਂ ਦੇ ਚਿਹਰੇ ਮੁਰਝਾਏ ਹੋਏ ਹਨ ਅਤੇ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਸ਼੍ਰੀ ਗੁਰੂ ਹਰਗੋਬਿੰਦ ਜੀ ਮਾਨੋ ਸਾਰਿਆਂ ਦੇ ਜੀਵਨ ਦੀ ਜੜ੍ਹ ਹਨ ਅਤੇ ਮਨ ਅਤਿਅੰਤ ਆਨੰਦਮਈ ਹੋਣ ਦੀ ਵੀ ਜਿਵੇਂ ਜੜ੍ਹ ਹਨ। ਸ਼੍ਰੀ ਗੁਰੂ ਜੀ ਇਸ ਤਰ੍ਹਾਂ ਸਾਰਿਆਂ ਨੂੰ ਦੁਖੀ ਵੇਖ ਕੇ ਸੇਵਕਾਂ ਅਤੇ ਪਰਿਵਾਰ ਦੋਹਾਂ ਨੂੰ ਇਹ ਸਮਝ ਗਏ ਕਿ ਸਾਰੇ ਪਰਿਵਾਰ ਅਤੇ ਸੇਵਕਾਂ ਦਾ ਆਸਰਾ ਸ਼੍ਰੀ ਹਰਗੋਬਿੰਦ ਜੀ ਹਨ। ਸਾਰੇ ਜਗਤ ਦੇ ਹੋਰ ਉਪਾਅ ਛੱਡ ਕੇ ਕੇਵਲ ਪਰਮੇਸ਼ਰ ਨਾਲ ਪ੍ਰੀਤ ਲੱਗੀ ਹੋਈ ਹੈ। ਸਤਨਾਮ ਦਾ ਮਹਾਂਮੰਤਰ ਜਪ ਕੇ ਜਿਹੜਾ ਭਿਆਨਕ ਤਾਪ ਦੀ ਨਿਵਿਰਤੀ ਦਾ ਵੱਡਾ ਕਾਰਨ ਹੈ। ਜਦ ਗੁਰੂ ਜੀ ਨੇ ਆਪਣਾ ਹੱਥ ਸ਼੍ਰੀ ਹਰਗੋਬਿੰਦ ਜੀ ਦੇ ਮੁਖੜੇ ਅਤੇ ਸਰੀਰ 'ਤੇ ਫੇਰਿਆ ਤਾਂ ਉਸੇ ਵੇਲੇ ਤਾਪ ਦੂਰ ਹੋ ਗਿਆ। ਤਾਪ ਨਾ ਰਿਹਾ ਅਤੇ ਫੌਰਨ ਦੂਰ ਹੋ ਗਿਆ ਅਤੇ ਸ਼੍ਰੀ ਹਰਗੋਬਿੰਦ ਜੀ ਉੱਠ ਕੇ ਬੈਠ ਗਏ, ਜਿਵੇਂ ਪਹਿਲਾਂ ਖੇਡਦਿਆਂ ਆਨੰਦ ਮਾਣਦੇ ਸਨ। ਉਸ ਤਰ੍ਹਾਂ ਹੀ ਫਿਰ ਖੇਡਾਂ ਖੇਡ ਕੇ ਮਹਾਂਪ੍ਰਸੰਨ ਹੋ ਰਹੇ ਸਨ। ਸਾਰਾ ਪਰਿਵਾਰ ਵੇਖ ਕੇ ਖੁਸ਼ ਹੋ ਗਿਆ। ਸਾਰੇ ਸੇਵਕਾਂ ਨੇ ਆਪਸ ਵਿੱਚ ਮਿਲ ਕੇ ਬੜਾ ਹੀ ਉਤਸ਼ਾਹ ਕੀਤਾ। ਸਾਰੇ ਗੁਰੂ ਜੀ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ ਅਤੇ ਕਹਿਣ ਲੱਗੇ, ਸਮੂਹ ਦੁੱਖ ਤੁਹਾਡੇ ਹੀ ਅਧੀਨ ਰਹਿੰਦੇ ਹਨ। ਜਿਵੇਂ ਆਪ ਜੀ ਠੀਕ ਸਮਝਦੇ ਹੋ ਉਸ ਤਰ੍ਹਾਂ ਹੀ ਸਭ ਕੁਝ ਹੁੰਦਾ ਹੈ। ਜਮ ਆਦਿ ਵੀ ਆਪ ਦੀ ਚਰਨ ਧੂੜ ਨੂੰ ਤੱਕਦੇ ਰਹਿੰਦੇ ਹਨ ਅਤੇ ਆਪ ਕੁਝ ਨਹੀਂ ਕਰ ਸਕਦੇ, ਉਹ ਵੀ ਆਪ ਪਾਸ ਹੀ ਬੇਨਤੀਆਂ ਕਰਦੇ ਹਨ। ਇਹ ਸੁਣ ਕੇ ਗੁਰੂ ਜੀ ਨਾਮ ਦੀ ਵਿਸ਼ੇਸ਼ਤਾ ਕਹਿੰਦੇ ਹਨ ਅਤੇ ਸਿੱਖ ਸੰਗਤ ਨੂੰ ਉਪਦੇਸ਼ ਕਰਦੇ ਹਨ। ਇਹ ਸਤਨਾਮ ਸਭ ਤੋਂ ਵੱਡਾ ਮੰਤਰ ਹੈ। ਜਿਹੜਾ ਅਰੋਗ ਰਹਿਣਾ ਚਾਹੁੰਦਾ ਹੈ ਉਹ ਇਸ ਦਾ ਸਦਾ ਜਾਪ ਕਰੇ। ਸਰੀਰ ਦਾ ਕਿਹੜਾ ਐਸਾ ਬੁਖਾਰ ਹੈ ਜਿਹੜਾ ਇਸ ਮੰਤਰ ਦੇ ਜਾਪ ਕਰਨ ਨਾਲ ਟਿਕ ਸਕਦਾ ਹੈ? ਇਹ ਜਗਤ ਦੇ ਤਿੰਨਾਂ ਤਾਪਾਂ ਨੂੰ ਖਪਾ ਦੇਣ ਵਾਲਾ ਹੈ। ਮੁੱਖ ਤੋਂ ਸਦਾ ਹੀ ਸਤਨਾਮ ਦੀ ਧੁਨ ਦਾ ਜਾਪ ਕਰੋ। ਇਹ ਕਦੇ ਵੀ ਸੰਕਟ ਹੋਣ ਨਹੀਂ ਦਿੰਦਾ ਹੈ। ਵੱਡੇ ਭਾਗਾਂ ਵਾਲੇ ਇਸ ਤਰ੍ਹਾਂ ਲਿਵ ਲਾਉਂਦੇ ਹਨ, ਇਹ ਲੋਕ ਪ੍ਰਲੋਕ ਦੇ ਦੁੱਖ ਦੂਰ ਕਰ ਦਿੰਦਾ ਹੈ। ਸਿੱਖਾਂ ਨੂੰ ਕਹਿਣ ਲੱਗੇ, ਵਿਕਾਰਾਂ ਨੂੰ ਛੱਡੋ, ਸਦਾ ਸਤਨਾਮ ਭਜੋ, ਸਤਨਾਮ ਭਜੋ।
ਇਸ ਤਰ੍ਹਾਂ ਕਹਿ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਬਦ ਦੀ ਰਚਨਾ ਕੀਤੀ ਜਿਸ ਵਿੱਚ ਸਤਿਗੁਰੂ ਅਤੇ ਨਾਮ ਦੀ ਮਹਿਮਾ ਵਰਣਨ ਕੀਤੀ ਹੈ। ਸੋਰਠ ਮਹੱਲਾ ਪੰਜਵਾਂ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ ਰਹਾਓ। ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਮੇਰਾ ਸੱਚਾ ਗੁਰੂ ਰਖਵਾਲਾ ਹੈ, ਆਪਣੀ ਕਿਰਪਾ ਕਰਕੇ ਅਤੇ ਹੱਥ ਦੇ ਕੇ ਪ੍ਰਭੂ ਨੇ ਸ਼੍ਰੀ ਹਰਗੋਬਿੰਦ ਜੀ ਨੂੰ ਰੱਖ ਲਿਆ ਹੈ। ਉਹ ਹੁਣ ਨਵੇਂ ਨਰੋਏ ਹਨ, ਬੁਖਾਰ ਉਤਰ ਗਿਆ ਹੈ। ਪ੍ਰਭੂ ਨੇ ਖੁਦ ਇਸ ਨੂੰ ਦੂਰ ਕੀਤਾ ਹੈ ਅਤੇ ਆਪਣੇ ਦਾਸ ਦੀ ਇਲਾਜ ਰੱਖ ਲਈ ਹੈ। ਸਾਧ ਸੰਗਤ ਪਾਸੋਂ ਮੈਂ ਸਾਰੀਆਂ ਦਾਤਾਂ ਪ੍ਰਾਪਤ ਕੀਤੀਆਂ ਹਨ, ਸੱਚੇ ਗੁਰੂ ਜੀ ਉੱਤੋਂ ਮੈਂ ਬਲਿਹਾਰ ਜਾਂਦਾ ਹਾਂ। ਮਾਲਕ ਨੇ ਮੇਰੇ ਲੋਕ ਪ੍ਰਲੋਕ ਦੋਵੇਂ ਸਵਾਰ ਦਿੱਤੇ ਹਨ, ਉਸ ਨੇ ਮੇਰੇ ਗੁਣਾ ਔਗੁਣਾ ਉੱਤੇ ਵਿਚਾਰ ਨਹੀਂ ਕੀਤੀ ਹੈ। ਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਹਾਡੇ ਬਚਨ ਕਦੇ ਨਾ ਟੱਲਣ ਵਾਲੇ ਹਨ, ਆਪਣਾ ਮੁਬਾਰਕ ਹੱਥ ਤੁਸੀਂ ਮੇਰੇ ਮੱਥੇ ਉੱਤੇ ਰੱਖਿਆ ਹੈ। ਸੋਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਪੂਰੇ ਗੁਰਾਂ ਨੇ ਤਾਪ ਲਾ ਦਿੱਤਾ ਹੈ, ਆਤਮਕ ਆਨੰਦ ਦੇ ਵਾਜੇ ਵੱਜੇ ਹਨ, ਸਾਰੇ ਆਰਾਮ ਪ੍ਰਭੂ ਨੇ ਮੈਨੂੰ ਬਖਸ਼ ਦਿੱਤੇ ਹਨ। ਪ੍ਰਭੂ ਨੇ ਕਿਰਪਾ ਕਰਕੇ ਆਪ ਮੈਨੂੰ ਸਾਰੇ ਆਰਾਮ ਦਿੱਤੇ ਹਨ। ਸੱਚੇ ਗੁਰੂ ਜੀ ਨੇ ਆਪ ਹੀ ਮੇਰੇ ਸਾਰੇ ਦੁੱਖ ਦੂਰ ਕੀਤੇ ਹਨ। ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹੋਏ ਸਾਰੇ ਸਿੱਖ ਤੇ ਸੰਤ ਪ੍ਰਫੁੱਲਿਤ ਹੋ ਗਏ ਹਨ। ਜੋ ਕੁਝ ਉਹ ਮੰਗਦੇ ਹਨ ਸੋ ਕੁਝ ਉਹ ਪਾ ਲੈਂਦੇ ਹਨ। ਪ੍ਰਭੂ ਆਪਣੇ ਸੰਤਾਂ ਨੂੰ ਹਰ ਵਸਤੂ ਦਿੰਦਾ ਹੈ। ਪ੍ਰਭੂ ਨੇ ਹਰਗੋਬਿੰਦ ਜੀ ਦੀ ਰੱਖਿਆ ਕੀਤੀ ਹੈ, ਦਾਸ ਨਾਨਕ ਸੱਚੋ ਸੱਚ ਆਖਦਾ। ਸੋਰਠ ਮਹੱਲਾ ਪੰਜਵਾਂ, ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਗੁਰ ਪੂਰਾ ਹੈ ਰਾਖੀ, ਸਰਣ ਸੱਚੇ ਕੀ ਤਾਕੀ। ਇਤਿਆਦ ਬਹੁਤ ਹੋਰ ਦੁੱਖ ਦੂਰ ਕਰਨ ਵਾਲੇ ਸ਼ਬਦਾਂ ਦੀ ਰਚਨਾ ਕੀਤੀ। ਰਾਗ ਬਿਲਾਵਲ ਆਦਿ ਵਿੱਚ ਜਿਹੜੇ ਲਿਖੇ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤੇ ਹੋਏ ਹਨ। ਇਹਨਾਂ ਸ਼ਬਦਾਂ ਨੂੰ ਜੇ ਕੋਈ ਵਿਅਕਤੀ ਜਿਸ ਸੰਕਟ ਬਾਰੇ ਕਹੇ ਗਏ ਹਨ ਮਨ ਲਾ ਕੇ ਪੜ੍ਹੇ ਤਾਂ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ, ਅਤੇ ਇਹਨਾਂ ਸ਼ਬਦਾਂ ਦਾ ਗਾਇਣ ਕਰਨ ਨਾਲ ਵੀ ਇਹ ਮਨੋਰਥ ਪੂਰੇ ਹੋਣਗੇ। ਸਾਰੇ ਸ਼ਬਦ ਅਸੀਂ ਇੱਥੇ ਨਹੀਂ ਲਿਖੇ ਹਨ, ਉਹਨਾਂ ਦੇ ਅਰਥ ਪ੍ਰਗਟ ਕਰ ਦਿੱਤੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨ ਨਾਲ ਚੰਗੀ ਤਰ੍ਹਾਂ ਜਾਣੇ ਜਾਂਦੇ ਹਨ। ਫਿਰ ਗੁਰੂ ਜੀ ਨੇ ਯੱਗ ਆਰੰਭ ਕੀਤਾ, ਬਹੁਤ ਮਿੱਠਾ ਮੰਗਵਾ ਕੇ ਰੱਖ ਲਿਆ। ਸਿੱਖਾਂ ਨੇ ਚਾਰੇ ਪਾਸੇ ਜਾ ਕੇ ਘਿਓ ਲਿਆਂਦਾ, ਫਿਰ ਕਣਕ ਦਾ ਬਰੀਕ ਆਟਾ ਪਿਸਾਇਆ। ਬਹੁਤ ਲੋਕ ਪਕਵਾਨ ਪਕਵਾਉਣ ਲੱਗੇ, ਸਾਰਾ ਦਿਨ ਪਕਵਾਨ ਪੱਕਦੇ ਰਹੇ, ਫਿਰ ਰਾਤ ਨੂੰ ਵੀ ਤਿਆਰ ਹੁੰਦੇ ਰਹੇ। ਬਹੁਤ ਆਨੰਦ ਦੇਣ ਵਾਲੇ ਲੱਡੂ ਤਿਆਰ ਕਰਵਾਏ, ਬਹੁਤ ਪਕਵਾਨ ਤਿਆਰ ਕਰਵਾ ਕੇ ਜਮ੍ਹਾਂ ਕਰ ਲਏ। ਦਹੀਂ ਵਿੱਚ ਪਕੌੜੀਆਂ ਅਤੇ ਭੱਲੇ ਪਾਏ ਗਏ, ਬਹੁਤ ਮਿਰਚ ਮਸਾਲਾ ਰਲਾਇਆ ਗਿਆ, ਰਸਦ ਇਕੱਠੀ ਕਰਕੇ ਕੜਾ ਪ੍ਰਸ਼ਾਦ ਤਿਆਰ ਕਰ ਲਿਆ। ਉਸ ਵਿੱਚ ਬਹੁਤ ਪ੍ਰਕਾਰ ਦੇ ਗਿਰੀਆਂ ਮੇਵੇ ਪਾਏ ਗਏ। ਚਾਰੇ ਵਰਨਾਂ ਨੂੰ ਸੱਦਾ ਭੇਜਿਆ ਗਿਆ, ਸਾਰੇ ਇੱਥੇ ਆ ਕੇ ਭੋਜਨ ਛਕੋ। ਸੱਤ ਫਕੀਰ ਵੀ ਬੁਲਾਏ ਗਏ, ਗਰੀਬ ਅਮੀਰ ਸਭ ਗ੍ਰਿਸਤੀ ਗੁਰੂ ਜੀ ਪਾਸ ਆਏ। ਬਹੁਤ ਵੱਡਾ ਮੇਲਾ ਲੱਗਾ, ਕੋਈ ਗਿਣਤੀ ਨਾ ਰਹੀ। ਜਿਸ ਪਿੰਡ ਵਿੱਚ ਵੀ ਗੁਰੂ ਜੀ ਦੇ ਯੱਗ ਬਾਰੇ ਖਬਰ ਪਹੁੰਚੀ, ਸੁਣ ਕੇ ਸਭ ਸਾਧ ਫਕੀਰ ਇਕੱਠੇ ਹੋ ਕੇ ਚੱਲ ਪਏ। ਗੁਰੂ ਜੀ ਦੇ ਘਰ ਆ ਕੇ ਸਾਰੇ ਮਿਲ ਪਏ, ਸਭ ਜਾਤਾਂ ਦੇ ਪਰਿਵਾਰਾਂ ਦੇ ਪਰਿਵਾਰ ਇਕੱਠੇ ਹੋ ਕੇ ਆ ਗਏ। ਚਾਰੇ ਪਾਸੇ ਪ੍ਰਸੰਨ ਚਿੱਤ ਟੋਲੀਆਂ ਫਿਰ ਰਹੀਆਂ ਸਨ, ਅਨੇਕਾਂ ਲੋਕਾਂ ਦੀਆਂ ਪੰਕਤੀਆਂ ਬਣਾ ਬਣਾ ਕੇ ਵਿੱਚ ਭੋਜਨ ਟਿਕਾਉਣ ਵਾਸਤੇ ਥਾਂ ਛੱਡੀ ਜਾਂਦੇ ਸਨ। ਸਭ ਜਾਤੀਆਂ ਦੇ ਲੋਕ ਇੱਕ ਥਾਂ ਇਕੱਠੇ ਕਰ ਦਿੱਤੇ, ਸਾਰੇ ਪੰਗਤਾਂ ਬਣ ਬਣਾ ਕੇ ਬਿਠਾ ਦਿੱਤੇ। ਸਭ ਮਤਾਂ ਦੇ ਸੰਤ ਜਿਨ੍ਹਾਂ ਵੱਖ ਵੱਖ ਪ੍ਰਕਾਰ ਦੇ ਵਸਤਰ ਪਹਿਣੇ ਹੋਏ ਸਨ ਇੱਕ ਥਾਂ ਇਕੱਠੇ ਹੋ ਕੇ ਬੈਠ ਗਏ। ਉਹਨਾਂ ਨੂੰ ਬਹੁਤ ਪ੍ਰਕਾਰ ਦੇ ਪਕਵਾਨ ਦਿੱਤੇ ਜਿਹੜੇ ਬਹੁਤ ਸਵਾਦੀ ਸਨ, ਅਤੇ ਸਾਰਿਆਂ ਨੇ ਆਪਣੀ ਰੁਚੀ ਅਨੁਸਾਰ ਖਾਧੇ। ਉਹ ਆਪਣੇ ਮੁੱਖ ਤੋਂ ਗੁਰੂ ਜੀ ਨੂੰ ਧੰਨ ਧੰਨ ਕਹਿੰਦੇ ਸਨ। ਗੁਰੂ ਜੀ ਨੇ ਬਹੁਤ ਭੋਜਨ ਦਿੱਤਾ, ਕੋਈ ਥੁੜ ਨਾ ਰਹੀ। ਜਿਨ੍ਹਾਂ ਦਾ ਨਾਂ ਲੈਣ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਨੂੰ ਵੇਖ ਕੇ ਨਮਸਕਾਰ ਕਰਨਾ ਬਣਦਾ ਹੈ। ਸਾਰੇ ਆਸ਼ੀਰਵਾਦ ਦੇ ਰਹੇ ਸਨ, ਹੇ ਹਰਗੋਬਿੰਦ ਜੀ
आनंद लवो ताड़ी वड़ी वड़ी उम्र होवे। जद तक धरती रहे, जद तक तारे आसमान ते फिरदे रहन, जद तक चंद सूरज अपनी जोत धारी रखन, जद तक नदियां दा जल सागर विच भरदा रहे, तद तक गुरु जी दा वंश चलदा रहे। जद तक जुगां दी मर्यादा है, जद तक कमल ते स्थित होण वाले ब्रह्मा दा रचा जगत है, तद तक गुरु दा वंश स्थिर रहे ते जगत विच तुहाडा जस बहुत बहुत वधे। गुरु जी दे सपुत्र सदा आरोग रहो, तुहानू कदे भी कोई विघन ना व्याप सके। सारे मन चाहिया भोजन खा रहे सन, दिल विच प्रसन्न हो के लोग असीसा दे रहे सन। फिर गरीबां नू धन दा दान दिता, बहुत दुनिया इकट्ठी हुई सी, कोई गिणती नहीं सी कर सकता। सारिआं नू दान दिता जिस करके वह प्रसन्न हो के जय जयकार दा नाद उच्चारण करते सन। फिर गुरु जी तैयार होकर उस स्थान ते चले गए जिथे सुंदर हरिमंदर साहब है। सारा कड़ा प्रसाद चुकवा लिया ते सपुत्र श्री हरगोबिंद जी नू भी नाल लै लिया। जिथे पिता जी का महान स्थान बनया सी उत्थे पूजा करन वास्ते चल के गए। पहुँच के गल विच पल्ला पा के खलो गए, बड़े प्रेम नाल पिता जी वल ध्यान लाया, पापा नू दूर करन वाले नू वंदना करके फिर श्री हरगोबिंद पुत्र नू शरदा धर के मत्था टिका दिता अते वड्डी उम्र दा वर मंग लिया। फिर हाथ जोड़ के अरदास कीती अते बड़े प्रेम धार के परिक्रमा कीतियां। बहुत सनेमर हो के पूजा करके गुरु जी वापस आए अते आनंद अते उत्साह नाल भर गए। फिर अपने घर आ गए, बहुत आनंद भरे गीत गाए जा रहे हैं, कई प्रकार के वाजे वजदे हैं अते कई भांत दीआं खुशियां मनाईया जा रही हैं। कई प्रकार प्रसन्न हो रहे हैं, सब स्त्री पुरशां दे हिरदे खुशियां नाल भरे हैं। छोटी दुदंबी की धुनी वज रही है, किसी के कन विच कोई गल भी नहीं पैंदी है। शहनाइया ते तुरियां दीआं धुनियां वज रही हैं अते भट ते कलावत गुण गायन कर रहे हैं। कविता दे छंद बना बना के सुनाउंदे हन अते गुरु जी पासों मूंह मंगिया फल प्राप्त करते हैं। दरवाजे ते बहुत शोर मचा हुआ है, गुरु जी दे दर्शन करके पाप दूर हो रहे हैं। स्त्री पुरुषों की वड्डी भीड़ जुड़ी हुई है, बहुत खुशियां भरी रीति अनुसार बोल रहे हैं। माता गंगा जी अपने सपुत्र जी वल वेखते हैं, बहुत धन लैके उन्होंने सिर उत्तों की वारते हैं, मंगतियां के समूह नूं वेख के देंदे हैं, बहुत मिठिया सीसा लेंदे हैं। श्री हरगोबिंद जी चंद वांग सुंदर हैं, गुरु घर रूप समुद्र तो समूह आनंद रूप जल उछलिया है। स्त्रियां पुरश जिमें सारे जल जीव हैं, इस तरह ही बहुत शोर मचा होया है। सो साध संगत जी, इत्थे तीसरी रास का तीवां अध्याय समाप्त होंदा है जी। प्रसंग सुनाते हुए होइयां अनेक भुलां दी खिमा करनी जी। वाहिगुरु जी का खालसा, वाहिगुरु जी की फतेह।